ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤਾਂ ਵੀਰ ਜੀ, ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਮੀਕੇ, ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਬਟਾਲਾ। ਬਾਈ ਕੇ ਉਹਨਾਂ ਨੂੰ ਆ ਚੁੱਕੇ ਜੀ। ਅੱਜ ਫਿਰ ਆਪਾਂ ਅੱਜ ਵੀ ਬਾਈ ਕੋਈ 6-7 ਦੇ ਲਗਭਗ ਗਾਵਾਂ ਸੇਲ ਆ, ਅਤੇ ਆਉਣ ਬਾਈ ਜੀ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਜ਼ ਕੀ ਆ, ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਵੀਰ ਜੀ ਰਿਕੁਐਸਟ ਕਰਾਂ, ਤੋਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸਲੀ ਖਰੀਦੋ। ਬਾਬਾ ਜੀ ਇਹ ਬੇਨਤੀ ਕਰ ਦਿੰਦੇ ਹਾਂ ਕਿ ਉਹ ਚੁਆਈ ਜ਼ਰੂਰ ਕਰੋ, ਨਾਲ ਵੀਡੀਓ ਬਾਅਦ ਸ਼ੇਅਰ ਕਰਦੇ ਕਰੋ। ਚਲੋ ਕਹਾਂਗੇ ਵੀ ਇਹਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਨੇ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੰਦੀਪ ਵੀਰ ਜੀ। ਹੋਰ ਬਾਈ ਸੁਣਾਓ, ਠੀਕ ਠਾਕ? ਤੁਸੀਂ ਕਿਵੇਂ ਚੱਲ ਰਹੀ ਕੰਮ? ਵਧੀਆ ਜੀ। ਚਲੋ ਵੇਖਿਆ ਮਾਲ ਫਿਰ ਉੱਧਰ ਨਾ ਵੇਖਿਆ ਮਾਲ ਜੀ। ਅੱਜ ਫਿਰ ਕਿੰਨੇ ਜੀ? ਅੱਜ ਵੀ ਜੀ 7 ਅਗਸਤ ਘਰੀ ਸ਼ੁਰੂ ਹੋਣਾ। ਕਿੱਧਰ ਲੱਗੀਏ? ਇੱਥੋਂ ਲੱਗੋ ਫਿਰ। ਇਹ ਗੱਬਣਾ ਜੀ? ਇਹ ਗੱਬਣਾ ਜੀ, ਜਰਸੀ ਵੇੜ। ਜਰਸੀ ਵੇੜ ਹੈ ਜੀ। ਤੇ ਬਾਈ ਜੀ ਕਿੰਨੇ ਦੁੱਧ ਵਾਲੀ ਆ? ਬਾਈ ਜੀ ਦੁੱਧ ਇਹਨੇ ਪਹਿਲੇ ਸੂਏ ਕੱਢਿਆ ਜੀ 18 ਲੀਟਰ। ਅੱਛਾ, 18 ਕਿਲੋ। 18 ਕਿਲੋ ਠੀਕ ਆ, ਤੇ ਲਿਆਓ ਕਰਾਂਗੇ। ਰੋਗ ਨਹੀਂ ਮਣਾ ਚਾਹੀਦਾ। ਲਿਆਓ, ਖੋਲੋ ਜੀ, ਦੇਖੋ ਦੇਖੋ ਜਰਸੀ ਆ ਗਈ। ਹਾਂ ਠੀਕ ਆ, ਆ ਜਾਓ। ਭਾਜੀ ਕਿੰਨਾ ਟਾਈਮ ਲੈ ਜੂ ਜੀ ਇਹ? ਜੀ 10 ਦਿਨ ਲੈ ਜੂ। 10 ਦਿਨ ਫਿਰ ਤਾਂ ਚੰਗੀ ਬਣੂ ਤੁਹਾਨੂੰ, ਹੈ ਜੀ। ਲਓ ਜੀ ਵੇਖੋ, ਸੋਹਣੀ ਵੈੜ ਆ ਜੀ। ਆ ਜਾਓ, ਕਮਾ ਲਾ। ਇੱਕ ਸ਼ਕਲ ਦਿਖਾਓ ਮਾੜੀ ਜੀ। ਇਹ ਲਓ ਜੀ ਵੇਖੋ ਫੇਸ ਕੁਆਲਿਟੀ। ਚਲੋ ਲੈ ਚਲੋ, ਥਾਂ ਥਨ ਓਕੇ ਬਾਈ ਜੀ? ਬਿਲਕੁਲ ਠੀਕ ਹੈ ਬਾਈ। ਤਾਂ ਬਾਈ ਫਿਰ ਇਹਦੀ ਕੀਮਤ ਕੀ ਹੈ ਜੀ? ਫਿਰ ਬੋਲੋ ਬਾਈ ਕੀ ਹੁੰਦੇ ਜੀ? ਜੈ ਜੀ 42,000 ਦੀ। ਕਿੰਨਾ ਮਾਨਤਨ? 2 ਹੀ ਕਰਦਾ ਜੀ। 1,000 ਹੋਰ ਕਰ ਦਿਓ। 60 ਕਰ ਦਾਂਗੇ ਯਾਰ, ਨਾ ਛੱਡ ਦਿਓ ਕਿਨੇ ਯਾਰ। ਚਲੋ ਜਾਂ, ਹਾਂ 39,000 ਦੇ ਦੇ ਬਾ। ਠੀਕ ਆ, ਦੇਖੋ ਜੀ 39,000 ਵੇੜ, ਬਹੁਤ ਸੋਹਣੀ ਵੇੜ, ਨਾਲੇ ਵੱਡੀ ਵੇੜ ਆ, ਪੂਰੀ ਜਰਸੀ ਕੁਆਲਿਟੀ ਵਾਲੀ। ਚਲੋ ਠੀਕ ਆ, ਤੇ ਹੁਣ ਉਧਰ ਆ ਜਾਓ ਬਰਗਰ। ਆ ਚਿੱਟੀ ਕੱਢ ਲਿਆ, ਇਹ ਗੱਬਣਾ ਜੀ? ਮਗਰ ਵੀ ਬੱਛੀ ਆ ਜੀ, ਵੇਖੋ ਪੂਰਾ ਫਾਇਦਾ। ਐ ਜੈਰ ਜੀ ਰੋਕੇ ਜੀ, ਬਿਲਕੁਲ ਪੈ ਗਈ ਆ ਲੇਵਾ, ਵੇਖੋ ਘਰਾਂ ਦੀ। ਆਓ ਵੀ ਜੀ, ਆ ਜਾਓ। ਚਵਾਜੂ ਵਧੀਆ ਨਿਕਲਿਆ ਜੀ? ਠੀਕ ਆ, ਠੀਕ। ਲਓ ਜੀ ਆਹ ਦੇਖੋ ਜੀ, ਬਸ ਠੀਕ ਆ। ਅੱਛਾ ਜੀ, ਆਹ ਬੱਛੀ ਹੈ ਜੀ? ਬੱਛੀ ਪਿੱਛੇ ਬੜੀ ਨਸਲ ਵਾਲੀ ਹੈ। ਤੇ ਬਾਜੀ ਫਿਰ ਇਹਦੀ ਕੀਮਤ? ਦੋ ਹੀ ਛੱਡ ਦਿਓ ਬਸ, ਫਿਰ ਬਸ ਠੀਕ ਹੈ। ਅੱਜ ਬਸ ਰੇਟ ਬਸ ਉਹੀ ਕਰੀ ਜੀ, ਪਰ ਲੈਣ ਦੇਣ ਵਾਲੇ ਕੰਮ ਕਰਨੇ ਆ। ਹਾਂ ਵੀਡੀਓ ਬਸ 2 ਦਿਨ ਪਈਆਂ ਨੀ, ਫਟਾਫਟ ਹੀ ਜਾਣ 19 ਤਰੀਕ ਨੂੰ। 19 ਤਰੀਕ ਨੂੰ? ਕੱਲ 19 ਤਰੀਕ ਹੈ ਜੀ। ਬਸ ਠੀਕ ਆ, ਬਸ ਠੀਕ ਆ। ਆਓ ਜੀ, 19 ਤਰੀਕ ਨੂੰ ਵੀਡੀਓ ਆਉਣੀ ਆ। ਲਾਈਕ ਕਮੈਂਟ ਮੇਰਾ ਵੀ ਸ਼ੇਅਰ ਜ਼ਰੂਰ ਕਰੀਏ ਜੀ, ਠੀਕ ਹੈ ਜੀ। ਜ਼ਹਿਰ ਕੀਮਤ ਵਾਲੀ ਹੈ ਕੱਪੜੇ ਜੀ? ਅੱਛਾ, ਤੇ ਦੁੱਧ? ਦੁੱਧ ਜੀ, ਦੁੱਧ ਇਹਦੇ ਕੋਲ ਵੀਰ ਜੀ 12 ਕਿਲੋ ਪੱਕਾ ਪੱਕਾ, 10 ਲੀਟਰ ਦੀ ਗਰੰਟੀ ਹੋਊ। ਬਸ ਠੀਕ ਹੈ ਜੀ। ਮਗਰ ਬੱਛੀ ਹੈ ਜੀ? ਮਗਰ ਇਹਦੇ ਬੱਚਾ ਜੀ। ਬੱਛਾ ਚੋਬਰ ਆ ਗਿਆ? ਚਲੋ ਜੀ, ਚੋਬਰ ਆ ਗਿਆ ਮਗਰ। ਹਾਂ ਅੱਛਾ, ਆ ਚੋਬਰ ਆ ਗਿਆ ਗਿੱਲੇ ਨਾੜੂ ਇਹਦੇ। ਤੇ ਬਾਜੀ ਫਿਰ ਇਹਦੀ ਕੀਮਤ? ਇਹ ਵੀ ਵੀਰ ਜੀ 32,000। ਦੋ ਹੀ ਛੱਡ ਦਿਓ ਫਿਰ ਬਸ, ਇਹਦਾ ਬਸ ਠੀਕ ਹੈ। ਵੇਖੀ ਜਾਓ ਫਿਰ, ਅੱਜ ਫਿਰ ਧਮਾਲਾਂ ਹੀ ਪੈ ਜਾਣੇ ਗੱਲ 19 ਤਰੀਕ ਨੂੰ। ਹਾਂ ਨਹੀਂ ਪੂਰੇ, ਚਲੋ ਕੋਈ ਨੀ, ਮਾੜਾ ਥੋੜਾ ਬਹੁਤ ਕਮਾਈ ਵੀ ਕਰਨੀ ਹੈ ਜੀ। ਹਾਂ ਜੀ ਹਾਂ ਬਿਲਕੁਲ ਬਿਲਕੁਲ ਜੀ। ਤੇ ਇੱਧਰ ਆ ਜਾਓ, 3 ਨੰਬਰ ਇਹ ਗੱਬਰ ਸੂਈ? ਇਹ ਵੀ ਸੂਈ ਆ ਜੀ। ਅੱਛਾ, ਇਹ 5-4 ਦਿਨ ਪਹਿਲਾਂ ਸੂਈ ਹੈ ਬੱਛੀ। ਠੀਕ ਆ, ਠੀਕ ਆ। ਮਾਲ ਜ਼ਿਆਦਾ ਹੈ ਗੱਡੀ ਦੇ ਵਿੱਚ ਨਾ। ਹਾਂ ਜੀ ਹਾਂ ਜੀ। ਤੇ ਦੁੱਧ ਕਿੰਨਾ ਜੀ? ਇਹਦੇ ਕੋਲ ਬੋਲਾ ਵੀਰ ਜੀ 9 ਕਿਲੋ। 9 ਕਿਲੋ ਬੋਲਾ, ਤੇ ਇਹ ਵੀ ਵੇਖੋ ਵੈੜ ਗਾਵਾਂ ਵਾਧੂ। ਵੇਖੋ ਬਾਈ ਮੁੱਢ ਨਹੀਂ ਦੇਣਾ ਕਹਿੰਦੇ ਗਾਵਾਂ ਨਾਲ, ਇੱਕ ਤੋਂ ਨਸਲ ਵਾਲੀ। ਹਾਂ ਬੱਚਾ ਇਹਨੇ, ਬੱਛਾ ਹੀ ਆ? ਬੱਛੀ ਆ ਜੀ। ਅੱਲਾ ਬੱਛੀ, ਫਿਰ ਪੂਰਾ ਫਾਇਦਾ ਤੁਹਾਡਾ। ਬੱਛੀ ਮਗਰ ਆ ਗਈ ਆ, ਤੇ ਦੇਖੋ ਥਾਂ ਤੋਂ 9 ਕਾਲਾ ਲੱਗਾ, 9 ਕਾਲਾ ਆਹ ਬੱਛੀ ਵੇਖੋ, ਬਹੁਤ ਸੋਹਣੀ ਆਈ ਬੱਛੀ। ਤੇ ਬਾਈ ਜੀ ਫਿਰ ਇਹਦੀ ਕੀਮਤ? ਨਹੀਂ ਜਾਇਜ਼ ਹੀ ਕਰ ਦੋ, ਦੋ ਹੀ ਹੋਰ ਜਾਣ ਦੋ, ਨਹੀਂ ਜਾਣ ਦੋ 33 ਦੀ। ਬਸ ਠੀਕ ਆ, ਸਿੰਘਾਂ ਵਾਲੀ ਆ ਗਈ ਫਿਰ। ਇਹ ਗੱਬਣਾ ਸੂਈ ਆ? ਪਹਿਲਾ ਸੂ ਹਨਾ? ਪਹਿਲਾ ਸੂ ਆ ਸਿੰਘ ਮਾਰਦੀ ਮੂਰਦੀ ਨਾ ਜੀ? ਹਾਂ ਵੇਖ ਲਓ, ਆਹ ਵੇਖੋ। ਤੇ ਬਾਜੀ ਕਿੰਨੇ ਟਾਈਮ ਲੈ ਜੂ? 10-12 ਦਿਨ ਲੈ ਜੂ। 10-12 ਦਿਨ ਲੈ ਜੂ,
ਤੇ ਵੇੜ ਵੇਖੋ ਘਰਾਂ ਦੇ ਆ ਦੇ ਚਾਰ ਦੰਦ ਵੇਖੋ ਪਹਿਲਾ ਸੂਗਾ ਚਾਰ ਦੰਦ ਚਲੋ ਆਂ ਦੋ ਜੀ ਆਂ ਦੋ ਆਂ ਦੋ ਘੁਮਾ ਲਿਆ ਘਰਾਂ ਨੇ ਮੀਂਹ ਪਿਆ ਜੀ ਕਿ ਨਹੀਂ ਜੀ ਇੱਥੇ ਪਾਣੀ ਬੱਦਲ ਆਈ ਹੋਏ ਪਏ ਨਾ ਜੀ ਤੇ ਬਾਜੀ ਫਰਿੰਦੀ ਕੀ ਮਾਰਾ ਸਹੀ ਇੱਕ ਹੋਰ ਛੱਡ ਦੋ ਬਸ ਠੀਕ ਹੈ ਸਤਾਰਾਂ ਹਜ਼ਾਰ ਦੀ ਚਲੋ ਬਸ ਛੋੜ ਹੀ ਕਰਦਾ ਵੇਖੋ ਜੀ ਹੁਣ ਦੇ ਜਾਣੋ ਜੀ ਸੌ ਕਰ ਦੋ ਸੌ ਤੁਹਾਡੀ ਮਰਜ਼ੀ ਅੱਛਾ ਜੀ ਵਾਹ ਜੀ ਵਾਹ ਅਵਰ ਦੋ ਮਹੀਨੇ ਬੰਦ ਰਹਿਣਾ ਯਾਤਰਾ ਚਲੀ ਜਾਣੀ ਫਿਰ ਉਧਰ ਹਾਂ ਬੱਚਾ ਇਹ ਵੀ ਕੱਪਣੀ ਹੈ ਜੀ ਫਿਰ ਇਹ ਟਾਈਮ ਕਿੰਨਾ ਲੈ ਜੂ ਇਹ ਵੀ ਜਰਸੀ ਵਿੱਚ ਹੀ ਆ ਗਿਆ ਨਾ ਆਂ ਦੋ ਜੀ ਘਰਾਂ ਦੀ ਜਰਸੀ 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 ਵੇਖੋ ਬਸ ਠੀਕ ਆ ਲਓ ਜੀ ਚੈੱਕ ਕਰੋ ਜੀ ਇਹ ਵੀ ਮਾੜਾ ਫੇਸ ਕੁਆਲਿਟੀ ਦਿਖਾ ਦਿਓ ਭਾਜੀ ਹਾਂ ਠੀਕ ਆ ਆਂ ਦੋ ਘਰਾਂ ਬਾਜੀ ਫਰਿੰਦੀ ਕੀ ਮਾਰਾ ਨਹੀਂ ਜੈ ਜੀ ਜੈ ਜੀ ਦੋ ਹੀ ਛੱਡ ਦੋ ਬਸ ਬਸ ਠੀਕ ਆ ਕਿ ਪੂਰੀ ਕਰਦੀ ਵੀ ਕਰ ਦਈਏ ਜਾਣ ਦੋ ਕੋਈ ਨੀ ਵੇਖੀ ਜਾਓ ਕੁਛ ਨੀ ਹੁੰਦਾ ਚੱਲ ਜਾਣ ਦੋ ਕੋਈ ਨੀ ਬਸ ਕੋਈ ਨੀ ਫਿਰ ਇਹ ਵੀ ਕੱਪੜੀਆਂ ਮਾਨ ਤਾਂ ਤੁਹਾਡਾ ਪੂਰਾ ਹੋਊਗਾ ਪਰ ਆਪਾਂ ਜਿੰਨੇ ਮਰਜ਼ੀ ਛੋੜ ਕਰਾਈਏ ਪਰ ਰੇਟ ਬਾਈ ਦਾ ਵੇਖੀ ਚੱਲੇ ਕਰਾਣੀ ਬਹੁਤ ਜ਼ਿਆਦਾ ਰੇਟ ਆ ਇਹ ਵੀ ਕੱਪੜੀਆਂ ਤੇ ਥੰਦ ਨੂੰ ਦਾ ਵੇਖੋ ਹਾਂ ਬਈ ਨਹੀਂ ਬਹੁਤ ਚੰਗੀ ਭਾਜੀ ਲੇਵਾ ਲੋਹਾ ਵੇਖੋ ਹਾਂਜੀ ਹਾਂ ਠੀਕ ਹਾਂ ਬਸ ਜੀ ਬਸ ਠੀਕ ਆ ਠੀਕ ਆ ਠੀਕ ਆ ਤੇ ਕੇਵਲ ਸਿੰਘ ਜੀ ਲਾਸਟ ਵਾਲਾ ਪੀਸ ਰਹਿ ਗਿਆ ਲਾਸਟ ਵਾਲਾ ਪੀਸ ਵੀ ਗਿਫਟ ਕਰ ਦੇ ਗਿਫਟ ਹੀ ਕਰ ਦੋ 32 ਦਾ ਦੇ ਦੇ ਹੈ 32 ਦਾ ਲਾਸਟ ਵਾਲਾ ਪੀਸ ਬਾਲੇ ਬੰਮ ਨਹੀਂ ਬੁਲਾ ਦੇ ਕਿਦਾਂ ਕਰਨੀ ਤੁਸੀਂ ਦੱਸੋ ਚਾਰ ਹੀ ਛੱਡ ਦੋ ਬਸ ਛੱਡਤਾ ਬਸ ਠੀਕ ਆ ਲਓ ਜੀ ਚੈੱਕ ਕਰ ਲਓ ਬਾਈ ਇਹ ਰੇਟ ਵੇਖ ਲਓ ਘਰਾਂ ਦੀ ਬਹੁਤ ਸੋਹਣਾ ਰੇਟ ਆ ਤੇ ਨਾਲ ਸਤਿ ਸ੍ਰੀ ਅਕਾਲ ਸਨੀਪ ਜੀ।